ਮੰਤਰੀ ਨੇ ਰਣਬੀਰ ਬਾਠ ਨੂੰ ਕਿਹਾ ਕਿ ਮੈਂ ਨਹੀਂ ਕਰਨਾ ਸੋਨੀ ਮਾਨ ਨਾਲ ਹੁਣ ਗਾਣਾ। ਜੀ ਹਾਂ ਦੋਸਤੋ, ਤੁਸੀਂ ਸਹੀ ਸੁਣਿਆ, ਧਮਕ ਬੇਸ ਜਾਨੀ ਕਿ ਮੁੱਖ ਮੰਤਰੀ ਨੇ ਰਣਬੀਰ ਬਾਠ ਨੂੰ ਅਪੀਲ ਕੀਤੀ ਹੈ ਕਿ ਮੇਰੇ ਇਕੱਲੇ ਦਾ ਹੀ ਗਾਣਾ ਕਰਵਾਇਆ ਜਾਵੇ। ਤੇ ਦੋਸਤੋ ਆਓ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਜਿਸ ਵਿੱਚ ਮੁੱਖ ਮੰਤਰੀ ਇਹ ਬੋਲ ਰਿਹਾ ਹੈ। ਪਰ ਉਸ ਤੋਂ ਪਹਿਲਾਂ ਸਾਰੇ ਦੋਸਤਾਂ ਨੂੰ ਇੱਕ ਛੋਟੀ ਜਿਹੀ ਰਿਕੁਐਸਟ ਹੈ, ਜਿਨ੍ਹਾਂ ਨੇ ਅਜੇ ਤੱਕ ਪ੍ਰੈਸ ਪਬਲਿਕ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਸਾਡੀ ਨਿਊ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਓ ਮੰਤਰੀ, ਸੋਨੀ ਨਗਰ ਤੋਂ ਲੜਦਾ ਨੂੰ ਓਏ ਲੜਦੇ ਯਾਰ, ਮੇਰੇ ਨਾਲ ਨੂੰ ਸਮਝਾ, ਮੈਂ ਗਾਣਾ ਗੋਣਾ ਨਹੀਂ ਕਿਹਾ ਨੂੰ, ਮੈਂ ਗਾਣਾ ਗੋਣਾ ਕਰਨਾ, ਮੈਂ ਕੁਛ ਨਹੀਂ ਕਿਹਾ ਨੂੰ। ਤੇਰਾ ਇਕੱਲੇ ਦਾ ਕਰੀਏ ਗਾਣਾ, ਤੇਰਾ ਇਕੱਲੇ ਦਾ ਕਰੀਏ ਗਾਣਾ ਫਿਰ ਹੁਣ, ਮੇਰਾ ਇਕੱਲੇ ਦਾ ਕਰੋ, ਕੋਈ ਨਾ ਤੇਰੇ ਇਕੱਲੇ ਦਾ ਹੀ ਕਰਾ ਦਾਂਗੇ, ਠੀਕ ਆ। ਓ ਹੈਲੋ, ਹਾਂਜੀ, ਕਿੱਧਰੋਂ? ਦਿੱਲੀੋਂ ਆਏ, ਦਿੱਲੀੋਂ। ਕੀ ਕਰਕੇ ਆਏ ਦਿੱਲੀੋਂ? ਹਾਂ, ਉਹ ਗਾਣੇ ਬੜੇ ਰਿਕਾਰਡ ਕਰ ਗਏ। ਹਾਂਜੀ, ਫਿਰ ਕਿਹੜਾ ਗਾਣਾ ਆ ਰਿਹਾ ਤੁਹਾਡਾ ਫਿਰ? ਧਮਕ ਬੇਸ, ਧਮਕ ਬੇਸ, ਧਮਕ ਬੇਸ, ਹੈਂ, ਧਮਕ ਬੇਸ 2। ਅੱਛਾ, ਧਮਕ ਬੇਸ 2, ਇਹ ਕੀ? ਸਾਨੂੰ ਵੀ ਨਾ ਜਾਣੀ ਕਿਤੇ ਘੱਟ ਬੱਲੀ ਗਏ, ਫੱਟ ਲਾਂਗੇ ਤੈਨੂੰ ਫਟਾਫਟ ਬੱਲੀ ਗਏ, ਨਖਰੇ ਤੇਰੇ ਤੋਂ ਵੱਧ। ਹਾਂਜੀ ਵੀਰੇ, ਸਤਿ ਸ੍ਰੀ ਅਕਾਲ, ਤੁਹਾਨੂੰ ਪਤਾ ਹੀ ਆ ਕੌਣ ਆ ਮੁੱਖ ਮੰਤਰੀ। ਵੈਸੇ ਤੁਹਾਨੂੰ ਪਤਾ ਗਾਣਾ 10 ਤਰੀਕ ਨੂੰ ਭੱਜ ਆਉਂਦਾ, 10 ਤਰੀਕ ਨੂੰ ਗਾਣਾ ਪਹੁੰਚ ਜਾਣਾ ਟੀਵੀਆਂ ਨੈੱਟ ਮੋਬਾਈਲਾਂ ਦੇ, ਤਾਂ 10 ਤਰੀਕ ਨੂੰ ਸੋਚ ਨਾਪ ਕੇ ਰੱਖਿਓ। ਹਾਂਜੀ, 10 ਤਰੀਕ ਨੂੰ ਇਹ ਬੈਸ ਪੈਣੀ, ਧਮਕ ਪਾੜ ਪੈਣੀ ਆ, ਬੈਸਾਂ ਪਾੜ ਜਾਣੀਆਂ। ਹਾਂਜੀ।